तू लेगा तो पैसे तू खा मत इतने बस तू घरों जा यार मैं नहीं जाना यार मैंने पैसे दे मैंने करेगा तो जाना मैं क्यों यार चाचा तू मोचा तेरा भरा वा यार मूहरों बोली जाता वा सत श्री अकाल दोस्तों बहुत बहुत स्वागत है अपनी नवी वीडियो दे विच अज दी वीडियो बहुत वधिया होने वाली है अज आपां हर्षवीर ते करांगे प्रैंक प्रैंक बहुत डिफरेंट जिहा वा ते मैं अपने क्लासमेट नूं बुलाया होया कि तू घरे आ जा आपां हर्ष ते प्रैंक करना ते ओह मैनूं कहूगा आके कि मेरे पैसे मोड़ दे जिहड़े मैं तैनूं दित्ते सीगे हैना ते मैं कहूंगा मैं नहीं मोड़ने गे ये भी मेरे लग गए ये वो हर्षवीर दे रिएक्शन देखांगे ते ओह हर्षवीर नाल लड़ूगा भी तू मैनूं दे पैसे अमन दे ते वीडियो बहुत वधिया होने वाली है शुरू तो लेकर लास्ट तक देखियो बस हुण आउंदा ही होगा क्लासमेट मेरा ते आपां फिर वीडियो शुरू करदे आं लो भी गाइस अपना फ्रेंड आ चुका ते आपां हुण हर्षवीर ते करना प्रैंक ओए मैं उत्ते कैमरा लाया आ ते ना हर्ष नूं पता वा ते ना दीप नूं पता ठीक आ आपां दोनों नूं ही पता बस आपां घेंट कर देना बस एक्टिंग कर ली ठीक आ घेंट जी चल आ जा हां आ जा चल चलिए आ बनाया कमरा ओ भैया कमरा ਹੋਰ ਫਿਰ ਕਿਵੇਂ ਆਉਣਾ ਹੋਇਆ ਬਸ ਯਾਰ ਗੇੜਾ ਜਿਹਾ ਮਾਰ ਲਿਆ ਇੱਧਰ ਹਾਰ ਨਹੀਂ ਲੈਣਾ ਜੀ ਮੈਂ ਚੱਲ ਤੇਰੇ ਕੋਲ ਜਾ ਜਾਂਦੇ ਨਾਲ ਹੀ ਵੜਦਾ ਪਿਆ ਹਾਂਜੀ ਨਾਲ ਹੀ ਪੜ ਨਾਲ ਵੜਦਾ ਹੋਰ ਨ ਕਹਿੰਦੇ ਆ ਮੋਟਰਸਾਈਕਲ ਦੇ ਵੀਰੇ ਅੱਛਾ ਹਾਂਜੀ ਹੋਰ ਫਿਰ ਘਰੇ ਕਿਵੇਂ ਸਾਰੇ ਘਰੇ ਵਧੀਆ ਤੂੰ ਦੱਸ ਯਾਰ ਹੋ ਵਧੀਆ ਹੁਣ ਤਾਂ ਯਾਰ ਮਿਲਣਾ ਹੀ ਗਏ ਹਨਾ ਸਹੀ ਗੱਲ ਕਿਉਂ ਸਕੂਲ ਇੱਕ ਨਹੀਂ ਯਾਰ ਸੈਕਸ਼ਨ ਅੱਡ ਅੱਡ ਹੋ ਗਏ ਨਾ ਸੈਕਸ਼ਨ ਅੱਡ ਅੱਡ ਕਰਤੇ ਯਾਰ ਮੈਨੂੰ ਜ਼ਰੂਰੀ ਚਾਹੀਦੀ ਹੈ ਤੂੰ ਇੱਥੇ ਮਤਲਬ ਨੂੰ ਆਇਆ ਯਾਰ ਮੈਂ ਤੈਨੂੰ ਕਿਹਾ ਸੀਗਾ ਨਾ ਯਾਰ ਹੋਇਆ ਕੀ ਆ ਹੋਇਆ ਕੀ ਤੂੰ ਸਮਝ ਗਿਆ ਮੇਰੇ ਨੇ ਮੈਨੂੰ 40-50 ਹਜ਼ਾਰ ਰੁਪਏ ਲਏ ਸੀਗੇ ਕਦੋਂ ਲਏ ਸੀਗੇ ਬਾਈ ਮਾਹ ਮਹੀਨਾ ਕੁ ਹੋ ਗਿਆ ਯਾਰ ਉਹ ਯਾਰ ਤੂੰ ਕਦੋਂ ਲਏ ਹੋਏ ਪੈਸੇ ਉਹ ਯਾਰ ਐਵੇਂ ਤੈਨੂੰ ਮੈਂ ਕਿਹਾ ਸੀਗਾ ਤੈਨੂੰ ਮੈਂ ਕਿਹਾ ਸੀ ਨਹੀਂ ਯਾਰ ਪੈਸੇ ਕਦੋਂ ਲਏ ਪਹਾੜਾਂ ਯਾਰ ਤੇਰਾ ਕੰਮ ਕਰਦਾ ਪਾ ਤੂੰ ਹੋਰ ਹੀ ਭੰਬੜ ਭੂਸੇ ਪਾਈ ਇੰਨਾ ਬੈਠਾ ਬਾਈ ਤੂੰ ਕਿਉਂ ਪੈਸੇ ਦਿੱਤੇ ਯਾਰ ਤੂੰ ਯਾਰ ਇਹ ਮੈਨੂੰ ਕਹਿੰਦਾ ਵੀ ਮੈਨੂੰ ਚਾਹੀਦੇ ਆ ਮੈਂ ਬਸ ਤੂੰ ਪੁੱਛ ਕੇ ਦਿੰਦਾ ਯਾਰ ਚਾਹੀਦੇ ਕਾਹਦੇ ਤੂੰ ਦੱਸ ਚਾਹੀਦੇ ਕਾਹਦੇ ਸੀ ਯਾਰ ਤੂੰ ਮਤਲਬ ਨੂੰ ਆਇਆ ਇੱਥੇ ਯਾਰ ਚਾਹੀਦੇ ਤੂੰ ਪੈਸੇ ਦਾ ਚਾਹੀਦੇ ਤੂੰ ਇਹ ਦੱਸ ਤੂੰ ਉਹ ਮੈਨੂੰ ਜ਼ਰੂਰ ਉਹ ਤਾਂ ਹੋਣਾ ਹੀ ਜਿਹਨੇ ਪੈਸੇ ਉਹਨਾਂ ਦਾ ਮੁੜਨਾ ਹੀ ਆ ਉਹਨੂੰ ਲੈਣੀ ਉਹਨੇ ਤਾਂ ਵਾਪਸ ਅਗਲਾ ਤਾਂ ਮੰਗੂ ਹੀ ਦਿੱਤੇ ਆ ਹੁਣ ਪਹਿਲਾਂ ਕਹੀ ਜਾਂਦਾ ਤੂੰ ਕੀ ਖੋਲੀ ਮੇਰਾ ਥੱਪੜ ਮਾਰੂ ਸਾਲਾ ਹੁਣ ਪਹਿਲਾਂ ਕਹੀ ਜਾਂਦਾ ਵੀ ਮੇਰਾ ਗੇੜਾ ਲੱਗ ਗਿਆ ਤੈਨੂੰ ਮੈਂ ਤਾਂ ਆਇਆ ਹਾਂ ਤੂੰ ਕਹੀ ਜਾਂਦਾ ਪੈਸੇ ਯਾਰ ਪੈਸੇ ਤਾਂ ਚਾਹੀਦੇ ਹੀ ਆ ਹੁਣ ਮੈਨੂੰ ਹੋਇਆ ਕੀ ਬਾਈ ਮੈਨੂੰ ਬਾਈ ਪ੍ਰੋਪਰ ਦੱਸ ਕਿ ਮੈਂ ਵੀਡੀਓ ਅਪਲੋਡ ਕਰਦਾ ਪਿਆ ਮੈਂ ਤਾਂ ਧਿਆਨ ਯਾਰ ਬਾਈ ਉਹ ਗੱਲ ਨਹੀਂ ਦੇ ਕਹਿੰਦਾ ਮੈਨੂੰ ਫੋਨ ਆਇਆ ਕਹਿੰਦਾ ਮੈਨੂੰ ਪੈਸੇ ਚਾਹੀਦੇ ਜ਼ਰੂਰੀ ਹੈ ਨਾ ਮੈਨੂੰ 40-50 ਹਜ਼ਾਰ ਹੈ ਨਾ ਮੈਂ ਇਹਨੂੰ 50-55 ਹਜ਼ਾਰ ਦਿੱਤਾ ਇਹਨੂੰ ਹੈ ਨਾ ਹੁਣ ਮੈਨੂੰ ਵੀ ਨਹੀਂ ਯਾਦ ਮਹੀਨਾ ਹੋ ਗਿਆ ਕਹਿੰਦਾ ਮੈਂ ਮਹੀਨੇ ਬਾਅਦ ਮੋੜ ਦੂੰਗਾ ਇਹਨੇ ਹੁਣ ਮੋੜੀ ਨਹੀਂ ਗਏ ਯਾਰ ਜੋ ਤੂੰ ਲਏਗਾ ਤਾਂ ਪੈਸੇ ਤੂੰ ਭੁੱਖਾ ਮਰਦਾ ਇੱਥੇ ਓਏ ਓਏ 4 ਦਿਨ ਪਏ ਆ ਤੈਨੂੰ ਮੈਂ ਕਿਹਾ ਸੀ ਕੀ 4 ਦਿਨ ਪਏ ਨਹੀਂ ਯਾਰ 4 ਦਿਨ ਦੀ ਨਹੀਂ ਗੱਲ ਹੁਣ ਮੈਨੂੰ ਜ਼ਰੂਰੀ ਚਾਹੀਦਾ ਯਾਰ ਯਾਰ ਦਾ ਕਰਨਾ ਤੂੰ ਕਰਨਾ ਕੀ ਯਾਰ ਦੱਸੀ ਹੁਣ ਮਰੀ ਜਾਂਦਾ ਯਾਰ ਮੈਂ ਫੋਨ ਦੀ ਡਿਸਪਲੇ ਪਵਾਉਣੀ ਸੀ 30,000 ਦੀ ਡਿਸਪਲੇ ਇੰਨੀ ਮਹਿੰਗੀ ਡਿਸਪਲੇ 50,000 ਦੀ ਪਿਆ ਤੇਰਾ ਫੋਨ ਨਹੀਂ ਹੋਣਾਗਾ 30,000 ਦੀ ਪੈਂਦੀ ਸੀ ਬਾਕੀ ਮੈਨੂੰ ਉਹ ਚਾਹੀਦੇ ਸੀਗੇ ਪੈਸੇ ਉਹ ਤੈਨੂੰ ਕੀ ਚਾਹੀਦੇ ਸੀਗੇ ਪੈਸੇ ਮੈਂ ਜੋੜ ਤੂੰ ਲੈ ਬੋਲਦੇ ਆ ਭਰਾਵਾ ਇਹ ਬਾਈ ਤੂੰ ਐਵੇਂ ਤਾਂ ਨਹੀਂ ਮਾਰੀ ਜਾਂਦਾ ਨਹੀਂ ਯਾਰ ਮੈਨੂੰ ਚਾਹੀਦੇ ਮੈਂ ਤਾਂ ਲੈਣੇ ਆ ਮੈਂ ਦਿੱਤੇ ਇਹਨੂੰ ਯਾਰ ਮੈਂ ਤੈਨੂੰ ਦੇ ਦੂੰਗਾ ਮੇਰੀ ਗੱਲ ਯਾਰ ਤੇਰੀ ਗਲਤੀ ਆ ਤੂੰ ਮੈਨੂੰ ਪੁੱਛ ਕੇ ਦਿੰਦਾ ਬਾਈ ਇਹ ਦੇਣ ਯਾਰ ਨਹੀਂ ਯਾਰ ਮੈਨੂੰ ਚਾਹੀਦਾ ਜ਼ਰੂਰੀ ਬਈ ਚਾਹੀਦਾ ਠੀਕ ਆ ਮੈਂ ਉਹ ਗੱਲ ਨਹੀਂ ਮੈਂ ਕਰਦਾ ਬਈ ਤੈਨੂੰ ਪੁੱਛ ਕੇ ਦੇਣੇ ਚਾਹੀਦੇ ਸੀਗੇ ਬਾਈ ਗੱਲ ਮੰਨਦਾ ਕਿ ਨਹੀਂ ਯਾਰ ਤੂੰ ਹੁਣ ਮਤਲਬ ਨੂੰ ਆਇਆ ਇੱਥੇ ਮਤਲਬ ਕੀ ਭਰਾ ਜਿੰਨੇ ਪੈਣਾ ਤਾਂ ਲੈਣੀ ਆ ਪੈਸੇ ਆਪਦੇ ਬਾਪ ਤੂੰ ਵੀ ਕੀ ਕਹੀ ਜਾਂਦਾ ਤੂੰ ਮੰਗੇ ਕਾਹਤੋਂ ਪਹਿਲਾਂ ਇਹ ਦੱਸ ਕਿਉਂਕਿ ਮੈਂ ਧਿਆਨ ਇੱਧਰ ਲੈ ਪਾਇਆ ਲੱਗ ਗਈ ਜਦ ਥੱਪੜ ਦਾ ਆਉਂਦੇ ਮੈਂ ਤਾਂ ਯਾਰ ਯਾਰੀ ਦੋਸਤੀ ਨਹੀਂ ਲਏ ਸੀਗੇ ਯਾਰ ਮਾਲਾ ਪੱਕੀ ਗੱਲ ਯਾਰ ਹੁਣ ਦੱਸ ਕਿਵੇਂ ਕਰਨਾ ਵਾ ਮੈਨੂੰ ਅੱਜ ਚਾਹੀਦੇ ਆ ਮੈਨੂੰ 50,000 ਜਾਣੀ ਆ ਉਹ ਜਦੋਂ ਮੇਰਾ ਹੱਥ ਸਹੀ ਹੋਊਗਾ ਮੈਂ ਤੁਹਾਨੂੰ ਦੇ ਦੂੰਗਾ ਯਾਰ ਹੱਥ ਦੀ ਗੱਲ ਨਹੀਂ ਗਈ ਹੁਣ ਮੈਨੂੰ ਵੀ ਜ਼ਰੂਰੀ ਚਾਹੀਦੇ ਆ ਤੂੰ ਸਾਹਮਣੇ ਆ ਕੇ ਕਹਿਣ ਲੱਗਿਆ ਆਪਾਂ ਥੱਲੇ ਵੀ ਬੈਠੇ ਰਹੇ ਆ ਉਦੋਂ ਤੂੰ ਮੈਨੂੰ ਕਹਿ ਦਿੰਦਾ ਉਹ ਨਹੀਂ ਯਾਰ ਤੂੰ ਐਂ ਦਿੰਦਾ ਹੀ ਨਹੀਂ ਸੀ ਦੱਸ ਮੈਨੂੰ ਦੱਸ ਨਹੀਂ ਤੂੰ 50,000 ਦਾ ਕਹਿੰਦੇ ਸਾਰੀ ਖਰਚ ਤੇ ਯਾਰ ਚਾਹੀਦੇ ਸੀਗੇ ਮੈਨੂੰ ਨਹੀਂ ਤੂੰ ਖਰਚ ਤੇ ਸਾਰੇ ਹਾਂ ਰੁਪਈਆ ਵੀ ਨਹੀਂ ਛੱਡਿਆ ਲੱਗ ਗਏ ਯਾਰ ਐਂ ਕਿਵੇਂ ਲੱਗ ਗਏ ਪੈਸੇ ਯਾਰ ਐਵੇਂ ਮਾਰੀ ਜਾਂਦਾ ਤੂੰ ਮਤਲਬ ਕਿਹਾ ਨਹੀਂ ਜਦੋਂ ਪੈਸੇ ਕਿਵੇਂ ਆਉਂਦੇ ਜਦੋਂ ਆਪਾਂ ਗਏ ਸੀ ਪੂਲ ਤੇ ਹਾਂ ਮੈਨੂੰ ਕਹਿੰਦਾ ਮੈਂ ਘਰ ਦੇ ਦਿੰਦੇ ਆ ਬਾਈ ਵਾਲੇ ਮੇਰੇ ਗਾਂ ਇੱਕ ਦੋਸਤ ਨੂੰ ਚਾਹੀਦੇ ਸੀ ਮੈਂ ਤੁਹਾਨੂੰ ਸਹੀ ਦੱਸਦਾ
ਮੈਂ ਉਹਨੂੰ ਦੇਣੇ ਸੀ ਲੈ ਕੇ ਭਰਾਵਾ ਇਧਰੋਂ ਫੜ ਕੇ ਉਧਰ ਦੇ ਹੀ ਜਾਣੇ ਆ ਭੰਬਲ ਭੂਸਾ ਪਈ ਇਹਦਾ ਪਹਿਲਾਂ ਇਹਦਾ ਡਿਸਪਲੇ ਪਵਾ ਲਈ ਫਿਰ ਹੁਣ ਗਈ ਇਹਦਾ ਗਾਂ ਕਹਿੰਦੇ ਯਾਰ ਮੈਨੂੰ ਨਹੀਂ ਪਤਾ ਮੈਨੂੰ ਮੇਰੇ ਪੈਸੇ ਚਾਹੀਦੇ ਅੱਜ ਹੀ ਚਾਹੀਦੇ ਬਾਈ ਇਹ ਤੁਹਾਨੂੰ ਪੁੱਛ ਕੇ ਦਿੰਦਾ ਫਿਰ ਜੇ ਹੀਗਾ ਯਾਰ ਪੁੱਛ ਕੇ ਦੀ ਗੱਲ ਨਹੀਂ ਗਈ ਹੁਣ ਇਹਦਾ ਮੇਰਾ ਆੜੀ ਆਏ ਪੱਕਾ ਮੈਂ ਕਹਿੰਦਾ ਲੱਗਦਾ ਨਹੀਂ ਪਿਆ ਇਹਦੇ ਪੈਸੇ ਪੁੱਛਦੇ ਵੀ 50,000 ਦਾ ਵੀ ਜ਼ਿਆਦਾ ਹੁੰਦਾ ਮੈਂ ਤੁਹਾਨੂੰ ਹੀ ਮਾਰੀ ਜਾਂਦੇ ਯਾਰ ਤੂੰ ਉਹਦੇ ਨਾਲ ਗੱਲ ਕਾਹਦੋ ਕਰੀ ਜਾਂਦਾ ਤੂੰ ਮੇਰੇ ਨਾਲ ਗੱਲ ਕਰ ਨਹੀਂ ਯਾਰ ਤੂੰ ਬੰਦਾ ਹੀ ਮੈਂ ਜਦੋਂ ਪੈਸੇ ਲਏ ਆ ਤੂੰ ਮੇਰੇ ਨਾਲ ਗੱਲ ਕਰ ਲੈ ਐਂ ਕਿਉਂ ਯਾਰ ਜੱਜਾ ਤੂੰ ਮੋਜਾ ਤੇਰਾ ਭਰਾ ਵਾ ਯਾਰ ਮੂਹਰੋਂ ਬੋਲੀ ਜਾਂਦਾ ਵਾ ਤੂੰ ਆਹੀ ਸੋ ਉਹਨਾਂ ਨੂੰ ਕਹਿੰਦੇ ਸਾਨੂੰ ਲੈ ਕੇ ਆਇਆ ਤਾਂ ਸਾਡਾ ਹੀ ਕਸੂਰ ਆ ਬਾਈ ਪਹਿਲੀ ਗੱਲ ਤਾਂ ਤੁਹਾਡੀ ਬੇਇੱਜ਼ਤੀ ਕਰਾਈ ਨਾ ਪੈਸੇ ਦੇ ਮੇਰੇ ਦਫਾ ਉਹ ਤੋਂ ਭੱਜ ਜਾ ਇੱਥੋਂ ਪਹਿਲਾਂ ਤੂੰ ਪੈਸੇ ਫੜੀ ਨਾ ਸਾਡੀ ਤੂੰ ਬੇਇੱਜ਼ਤੀ ਕਰਾਈ ਇਹਨਾਂ ਪੁੱਛ ਕੇ ਦਿੱਤਾ ਤੂੰ ਉਹਨੂੰ ਪੈਸੇ ਯਾਰ ਤੂੰ ਉਹਨਾਂ ਨੂੰ ਕਿੱਦਾਂ ਬੋਲਦਾ ਪਿਆ ਵਾ ਤੂੰ ਮੇਰੇ ਨਾਲ ਗੱਲ ਕਰ ਮੈਂ ਤੇਰੇ ਤੋਂ ਪੈਸੇ ਲੈ ਯਾਰ ਕਿਉਂ ਨਾ ਬੋਲਣ ਬਹਿਸ ਕੋਈ ਹੁੰਦਾ ਵਾ ਯਾਰ ਨਹੀਂ ਮੈਨੂੰ ਪੈਸੇ ਚਾਹੀਦੇ ਮੈਨੂੰ ਨਹੀਂ ਪਤਾ ਤੂੰ ਉਹਨਾਂ ਨਾਲ ਨਾ ਨਾ ਬੋਲ ਇਦਾਂ ਯਾਰ ਫਿਰ ਉਹਨਾਂ ਨੂੰ ਤਮੀਜ਼ ਨਾਲ ਗੱਲ ਕਰ ਜੇ ਹੁਣ ਤੂੰ ਆਇਆ ਵਾ ਜਰੂਰੀ ਤੂੰ ਕੀ ਕਰਨੇ ਯਾਰ ਤੁਸੀਂ ਤਾਂ ਹੋਰ ਹੀ ਗੱਲਾਂ ਕਰੀ ਜਾਂਦੇ ਜਵਾਕਾਂ ਵਾਲੀਆਂ ਪੈਸੇ ਥੋੜੀ ਮੰਗ ਲੂਗਾ ਪਤਾ ਨਹੀਂ ਪੈਸੇ ਕੋਈ ਮੰਗਦਾ ਉਹ ਨਹੀਂ ਉਹ ਯਾਰ ਉਹਨੇ ਮੰਗਿਆ ਮੈਨੂੰ ਪਤਾ ਵਾ ਰੱਖ ਉੱਥੇ ਯਾਰ ਅਮਨ ਤੇਰੇ ਇੱਕ ਫੋਨ ਤੇ ਮੈਂ ਕਹਿਤਾ ਤੈਨੂੰ ਪੈਸੇ ਦੇਤੇ ਯਾਰ ਰੱਖ ਉੱਥੇ ਯਾਰ ਬਈ ਯਾਰ ਸੋਚ ਸਮਝ ਕੇ ਭਰਾਵਾ ਤੂੰ ਵੀ ਸੋਚ ਸਮਝ ਕੇ ਦੇਣੇ ਹੀ 5-7,000 ਦਾ ਤਾਂ ਵੀ ਹੀ 50,000 ਜ਼ਿਆਦਾ ਨਹੀਂ ਗਿਆ ਬਾਬੇ ਐਵੇਂ ਮਾਰੀ ਜਾਂਦੇ ਚੱਲ ਯਾਰ ਮੈਂ ਨਹੀਂ ਦਿੱਤੇ ਤੂੰ ਦਿੱਤੇ ਜਾਣੇ ਪੈਸੇ ਪਾਗਲ ਹੋਣਾ ਯਾਰ ਮੈਨੂੰ ਨਹੀਂ ਪਤਾ ਮੈਨੂੰ ਪੈਸੇ ਚਾਹੀਦੇ ਤੂੰ ਘਰੋਂ ਜਾ ਯਾਰ ਮੈਂ ਨਹੀਂ ਜਾਣਾ ਯਾਰ ਮੈਨੂੰ ਪੈਸੇ ਦੇ ਮੈਨੂੰ ਬਈ ਉਹਦੇ ਘਰੇ ਕਦੋਂ ਜਾਣਾ ਵਾ ਅਗਲੇ ਨੇ ਜੋ ਬਈ ਸਹੀ ਗੱਲ ਸੱਸ ਤੂੰ ਸੌਂ ਖਾ ਪੈਸੇ ਲੈ ਸੌਂ ਖਾ ਸੱਚੀ ਕਹਿਣਾ ਯਾਰ ਸੌਂ ਖਾ ਸੌਂ ਮੈਂ ਖਾਂਦਾ ਨਹੀਂ ਯਾਰ ਘਰੋਂ ਨਿਕਲ ਯਾਰ ਯਾਰ ਮੈਂ ਨੀ ਜਾਣਾ ਯਾਰ ਘਰੋਂ ਚੱਲ ਲੱਤ ਕਿੱਡੀ ਜ਼ੋਰ ਦੀ ਮਾਰੀ ਯਾਰ ਮੈਨੂੰ ਨੀ ਪਤਾ ਉਹਨੂੰ ਪੈਸੇ ਚਾਹੀਦੇ ਯਾਰ ਮੈਨੂੰ ਨੀ ਪਤਾ ਉਹ ਵੀ ਦੰਦ ਕੱਢੀ ਇਹ ਜਸਟ ਸੀ ਪ੍ਰੈਂਕ ਅਸੀਂ ਪ੍ਰੈਂਕ ਕੀਤਾ ਸੀ ਸੱਚੀ ਉਹ ਤੋਂ ਪੁੱਛ ਲਓ ਭਾਵੇਂ ਉਹਨੂੰ ਮੈਂ ਸਿਖਾਇਆ ਸਕੂਲੇ ਸਿਖਾ ਕੇ ਆਇਆ ਮੈਂ ਵੀ ਅੱਜ ਆਵਾ ਪ੍ਰੈਂਕ ਕਰਨਾ ਤੂੰ ਘਰੇ ਆਈ ਮੇਰੇ ਆ ਪਰ ਤੇ ਪ੍ਰੈਂਕ ਕਰਨਾ ਵੀਡੀਓ ਪਾਉਣੀ ਹੈ ਫੋਨ ਲੱਗੇ ਅੱਧਾ ਘੰਟਾ ਹੈਗਾ ਵੀਡੀਓ ਨਹੀਂ ਪਾ ਰਿਹਾ ਹੈਗਾ ਅੱਧਾ ਘੰਟਾ ਇੱਕ ਹੋਰ ਮਾਰ ਇੱਕ ਹੋਰ ਮਾਰ ਉਹ ਬਸ ਵੀਰੇ ਤੇ ਪੈਣੀ ਤੇ ਵੀਰੇ ਹੈ ਹੀ ਆ ਹੁਣ ਬਸ ਉਹ ਬਸ ਬਸ ਬੈਠ ਹੋ ਗਿਆ ਮੈਂ ਮੈਂ ਕੋਈ ਕਹਿ ਨਹੀਂ ਨਹੀਂ ਬਾਈ ਮੈਂ ਇਹਨਾਂ ਉਹ ਜੇ ਕੰਮ ਨਹੀਂ ਕਰੀਦੇ ਬਾਬੇ ਠੀਕ ਆ ਪ੍ਰੈਂਕ ਆ ਪਰ ਪ੍ਰੈਂਕ ਆ ਉਹ ਜੇ ਪ੍ਰੈਂਕ ਹੀ ਕਰਨਾ ਹੀ ਨਾ ਬੰਦਾ 20,000 ਕਹਿ ਦਿੰਦਾ 1,000 ਚਾਰ 10,000 ਕਹਿ ਦਿੰਦਾ ਬੰਦਾ ਮੰਨ 50,000 ਤੁਸੀਂ ਪ੍ਰੈਂਕ ਦਾ ਟਾਈਮ ਦਾ ਕਰਦਾ ਵੀਰੇ ਨੂੰ ਦੌਰਾ ਪੈਣ ਵਾਲਾ ਕਰਤਾ ਦੌਰਾ ਪੈਣ ਵਾਲੀ ਯਕੀਨ ਨਹੀਂ ਕਿ ਬੰਦਾ ਵੀ ਇੰਨੇ ਬੜੇ ਕਰਕੇ ਦਫਾ ਆਹ ਤਾਂ ਉਹਨੇ ਮੇਰਾ ਭਰਾ ਹੀ ਨਹੀਂ ਮੈਂ ਜਾਣਦੇ ਨਹੀਂ ਕੌਣ ਆ ਹੋਰ ਆ ਕੈਮਰਾ ਹੋਰ ਇਹ ਤਗਾਇਆ ਹੋਇਆ ਸੀ ਮੈਂ ਬਹੁਤ ਜਾਣੇ ਇੱਦਾਂ ਯਾਰ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਬਿਨਾਂ ਸਬਸਕ੍ਰਾਈਬ ਕੀਤੇ ਹੀ ਵੀਡੀਓ ਦੇਖ ਕੇ ਭੱਜ ਜਾਂਦੇ ਆ ਪਰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਦਾਂ ਲੱਗੀ ਥੈਂਕ ਯੂ।